ਜੱਲੋਵਾਲ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਕੀਰਤਨੀ ਜਥੇ ਵੱਲੋਂ ਗੁਰਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਹਿਬ ਪ੍ਰਬੰਧਕ ਕਮੇਟੀ ਜੱਲੋਵਾਲ, ਪ੍ਰਧਾਨ ਬਚਿੱਤਰ ਸਿੰਘ, ਮੇਜਰ ਸਿੰਘ ਭੁਪਿੰਦਰ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਹਰਭਜਨ ਜੱਲੋਵਾਲ ਅਤੇ ਗ੍ਰੰਥੀ ਗਿਆਨੀ ਮੁਹੱਬਤ ਸਿੰਘ ਵੱਲੋਂ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਕੇਕ ਵੀ ਕੱਟਿਆ ਗਿਆ। ਇਸ ਮੌਕੇ ਪਹੁੰਚੇ ਥਾਣਾ ਖੇੜੀ ਨੋਹ ਸਿੰਘ ਦੇ SHO ਗਗਨਦੀਪ ਸਿੰਘ ਨੂੰ ਵੀ ਅਤੇ ਚੰਦ ਪ੍ਰਦੇਸੀ ਪ੍ਰੋਡਕਸ਼ਨਸ ਦੇ ਚੰਦਰ ਨਾਗਪਾਲ ਨੂੰ ਵੀ ਸਿਰੋਪਾ ਪਾ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਸਾਰੇ ਗੁਰੂ ਨਾਨਕ ਨਾਮਦੇਵਾ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਗਈਆਂ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਰਿਪੋਰਟ, ਫਤਿਹਗੜ੍ਹ ਸਾਹਿਬ। ਔਰ ਆਪਣੇ ਪਤੀ ਨੂੰ ਜਗਾਉਣਾ ਕੀਤਾ ਸਿਰਦੇ ਸਾਈ ਨੂੰ, ਵੀ ਪਤਾ ਵੀ ਇਹਨੂੰ ਕੀ ਗੱਲ ਹੋ ਗਈ, ਵੀ ਇਹ ਬਰਨਾਉਂਦਾ ਕਿਉਂ ਹੈ। ਅੱਲਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਮਹਿਤ ਦਾਨ, ਪ੍ਰਭੇਦ ਦਾਨ, ਮਿਸਾਲ ਦਾਨ, ਪ੍ਰਸਾਦ ਦਾਨ, ਦਾਨਾ ਸੁਲਤਾਨ ਦਾਨ, ਦਾਨ ਸ੍ਰੀ ਹਰਿ ਮਨ ਪ੍ਰਸਾਦ ਜੀ ਕੇ ਦਸ਼ ਕ੍ਰਿਸ਼ਨਾ ਜਿੱਥੇ ਜਗ੍ਹਾ ਮਿਲਦੀ ਔਖੀ ਹੈ। ਕਲਗੀਆਂ ਵਾਲੇ ਬਾਦਸ਼ਾਹ ਦੇ ਆਉਣ ਦਾ ਭੀ ਪੀਸ਼ਾ ਫਕੀਰ ਕੜਾਣ ਦੇ ਰਹਿਣ ਵਾਲੇ ਉਹਨਾਂ ਨੂੰ ਪਤਾ ਲੱਗਿਆ ਸੀ, ਕਿਉਂ? ਉਹ ਮੁਸਲਮਾਨ ਫਕੀਰ ਸੀ, ਮੁਸਲਮਾਨ ਹੈ ਜਿਹੜੇ ਗੁਰੂ ਘਰ ਦਾ ਵਜ਼ੀਰ ਦਾਸ ਮੁਹੱਬਤ ਸਿੰਘ ਜੀ, ਗੁਰਦੁਆਰਾ ਸਿੰਘ ਸਭਾ ਚੱਲੋਵਾਲ ਵਿਖੇ ਦਾਸ ਡਿਊਟੀ ਕਰ ਰਿਹਾ ਹੈ। ਦਾਸ ਸਮੂਹ ਨਗਰ ਦਾ ਸਮੂਹ ਸੰਸਾਰ ਦਾ ਧੰਨਵਾਦ ਕਰਦਾ ਕਿ ਜੋ ਸਾਰੇ ਪ੍ਰਬੰਧਕ ਕਮੇਟੀ ਰਲ ਕੇ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਨਗਰ ਦੇ ਵਿੱਚ ਚੜ੍ਹਦੀ ਕਲਾ ਰੱਖਣ, ਆਪਣੀ ਬਾਣੀ ਦੇ ਨਾਲ ਜੋੜੀ ਰੱਖਣ, ਇਹੀ ਅਰਦਾਸ ਹੈ ਸਮੂਹ ਨਗਰ ਦੀ। ਸਮੂਹ ਭਲੇ ਵਸੇ। ਆਓ ਸਾਰੇ ਆਪਾਂ ਮਨ ਗਿਰਤ ਨੂੰ ਇਕਾਗਰ ਕਰਕੇ ਸ਼ਾਮਾਂ ਨੂੰ 7-6 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਸਿਮਰਨ ਜਾਪ ਅਭਿਆਸ ਹੋਵੇਗਾ। ਉਪਰੰਤ ਅਰਦਾਸਾਂ ਹੋਣਗੀਆਂ ਨਗਰ ਦੇ ਭਲੇ ਵਸੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਆਪਣਾ ਮਨੁੱਖ ਆਦਿ ਨੂੰ ਸਫਲਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ। ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨਗਰ ਜੱਲੋਵਾਲ ਦੀ ਸਿੱਖ ਸੰਗਤ ਵੱਲੋਂ ਦੇਸ਼ ਵਿਦੇਸ਼ ਦੇ ਸਮੂਹ ਨਾਨਕ ਨਾਮਦੇਵਾ ਸਿੱਖ ਸੰਗਤ ਨੂੰ ਧੰਨ ਸ਼ਹਿਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸੋ ਆਓ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਸੇਧ ਦਿੱਤੀ ਹੈ, ਉਸ 'ਤੇ ਚੱਲ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾਈਏ। ਸੋ ਜਿਤਨੀ ਵੀ ਨਾਨਕ ਨਾਮਦੇਵਾ ਸਿੱਖ ਸੰਗਤ ਹੈ, ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਨਾਮ ਉਪਦੇਸ਼ 'ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ, ਉਸ 'ਤੇ ਪੂਰਾ ਪਹਿਰਾ ਦੇਈਏ ਜੀ। ਸਮੂਹ ਨਗਰ ਜੱਲੋਵਾਲ ਦੀ ਕਮੇਟੀ ਵੱਲੋਂ ਦੇਸ਼ ਵਿਦੇਸ਼ ਅਤੇ ਸਮੂਹ ਨਗਰ ਦੀ ਸਿੱਖ ਸੰਗਤ ਨੂੰ ਇੱਕ ਵਾਰ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਿੰਡ ਜੱਲੋਵਾਲ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹਾਂ। ਮੈਂ ਆਪਦੇ ਵੱਲੋਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੀ ਗੰਗੀ ਜੀ ਦਾ ਖਾਲਸਾ।